मोगा की रामगंज मंडी विच उस वेले वड्डा हादसा वापरिया जदों एक पुराने ते खस्ता मकान दियां दो छतां डिगण कारण मां अते धी मलबे विच दबियां गईयां, जिन्हां नूं हाजर लोकां वल्लों बड़ी मुशक्कत नाल बाहर कढ़िया गया। इस घटना संबंधी जानकारी दिंदियां कौंसलर मनजीत धम्मू ने दस्सिया कि रामगंज मंडी की गली नंबर एक विच दो मंजिला पुराना घर सी, जिस विच एक औरत अपनी दो धीआं समेत रहिंदी सी, जिन्हां विचों वड्डी धी किसी काम लई बाहर गई होई सी पर छोटी धी ते मां घर विच ही सन, तां अचानक घर दियां दोवें छतां डिग पईआं, जिस दे मलबे विच मां ते धी बुरी तरह दब गईआं, जिन्हां नूं बड़ी मुशक्कत नाल बाहर कढ के हस्पताल पहुँचाया गया, जिथे डाक्टरां वल्लों इन्हां दोहां नूं मृतक ऐलानिया गया। मौके ते पुज्जे MLA मोगा डॉक्टर हरजोत कमल ने इस घटना ते गहरा दुख प्रगट कीता। बड़ी मदभागी गल है, ये अज रामगंज गली नंबर एक दे विच एक गरीब परिवार रह रहा सीगा, घर दे ते उन्हां दे आप दे हालात बहुत माड़े सी, अज छत डिगण नाल मावां धीआं दोनों बैठियां दुख सुख कर रही सी, बड़ा अफसोस है इस गल का, सारे महल वालिआं ने साथ दे के डेड बॉडियां दोनों बाहर कढ़ियां, बड़ा दुख हुंदा। अंदर एक कुड़ी सीगी ते उहदी मां सी, दोनों जानियां सी, एक कुड़ी होर सी ओह किते बाहर गई हुई सीगी, वह भी हुण आई आ, कुड़ी कम ते जॉब करदी किते ते वह भी हुण आई आ। मिट्टी बहुत ज़्यादा सी, छत पुरानी सीगी जी, वो छत्तां डिगण नाल ही मिट्टी ज़्यादा हो गई, पुराने घर सी जिवें आम आपां वेखदे आ पुराने घर जिहड़े हुंदे आ पुराने, ते उहनां करके सारी प्रॉब्लम आई है जी। हाँ जी, 3 लोग ही सीगे जी, ਇਹਨਾਂ ਦੇ ਜਿਹੜੀਆਂ ਕੁੜੀਆਂ ਉਹਨਾਂ ਦੇ ਫਾਦਰ ਦੀ ਪਹਿਲਾਂ ਹੀ ਡੈਥ ਹੋਈ ਵੀ ਆ ਜੀ। ਹਾਂਜੀ, ਤਕਰੀਬਨ 6 ਦਿਨ ਪਹਿਲਾਂ ਮੇਰੇ ਕੋਲ ਇਹ ਔਰਤ ਚਰਨਜੀਤ ਕੌਰ ਨਾਂ ਦੀ ਔਰਤ ਆ ਜਿਹੜੀ, ਇਹਦਾ ਫੋਨ ਆਇਆ ਸੀਗਾ। ਉਸ ਤੋਂ ਪਹਿਲਾਂ ਕੈਨੇਡਾ ਦੇ ਵਿੱਚੋਂ ਕਿਸੇ ਪਰਸਨ ਰਿਆਡ ਨਾਂ ਦਾ ਕੋਈ ਪਰਸਨ ਹੈ, ਉਸ ਬੰਦੇ ਨੇ ਵੀ ਮੈਨੂੰ ਫੋਨ ਕੀਤਾ ਸੀ ਵੀ ਇਹਨਾਂ ਦੀ ਮਦਦ ਕਰੋ, ਵੀ ਇਹਨਾਂ ਦੇ ਘਰ ਦੀ ਛੱਤ ਡਿੱਗਣ ਵਾਲੀ ਆ। ਜਦੋਂ ਇਹਨਾਂ ਦਾ ਮੈਨੂੰ ਫੋਨ ਆਇਆ ਫਿਰ ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਘਰ ਦੀਆਂ ਸਾਰੀਆਂ ਫੋਟੋਆਂ ਖਿੱਚ ਕੇ ਲੈ ਕੇ ਆਇਆ, ਔਰ ਨਾਲ ਇਹਨਾਂ ਦੇ ਘਰ ਦੇ ਕਾਗਜ਼ ਵਗੈਰਾ ਜਿਹੜੇ ਚੈੱਕ ਕੀਤੇ, ਕਿਉਂਕਿ ਸਾਨੂੰ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੇ ਘਰ ਬਣਾ ਕੇ ਦਿੰਦੇ ਹਾਂ ਕਿਸੇ ਨੂੰ ਤਾਂ ਘਰ ਜਗ੍ਹਾ ਉਹਨਾਂ ਦੇ ਨਾਂ 'ਤੇ ਹੋਣੀ ਜ਼ਰੂਰੀ ਹੈ। ਸੋ ਇਹਨਾਂ ਦੇ ਨਾਂ 'ਤੇ ਜਿਹੜੀ ਉਹ ਵਸੀਅਤ ਸੀਗੀ, ਇਸ ਕਰਕੇ ਉਹ ਵਸੀਅਤ ਦੀ ਫੋਟੋ ਕਾਪੀ ਵੀ ਮੈਂ ਲੈ ਲਈ, ਘਰ ਦੀਆਂ ਫੋਟੋਆਂ ਵੀ ਲੈ ਲਈਆਂ ਸੀਗੀਆਂ, ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਜਿਹੜੀਆਂ ਪਰਸੋਂ ਭੇਜੀਆਂ ਗਈਆਂ, ਇਹ ਅੱਜ ਮੰਗਲਵਾਰ ਕੱਲ੍ਹ ਹੀ ਭੇਜੀ ਗਈਆਂ, ਸੋਰੀ ਸੋਮਵਾਰ ਹੀ ਭੇਜੀਆਂ ਗਈਆਂ ਸੀਗੀਆਂ, ਅਤੇ ਅੱਜ ਇਹ ਹਾਦਸਾ ਵਾਪਰ ਗਿਆ। ਛੱਤ ਦੀ ਇਹ ਗੱਲ ਕਰ ਰਹੇ ਵੀ ਡਿੱਗੀ ਆ, ਉਹ ਵੇਖਣ ਨੂੰ ਲੱਗਦਾ ਨਹੀਂ ਸੀ, ਆਹ ਮੇਰੇ ਕੋਲ ਫੋਟੋਆਂ ਵੀ ਉਹ ਡਿੱਗ ਜੋ ਐਡੀ ਛੇਤੀ, ਉਹ ਤਾਂ ਬੜੀ ਵਧੀਆ ਅੰਦਰੋਂ ਪਲਾ ਪੇਂਟ ਪੂੰਟ ਕਰਕੇ ਬਹੁਤ ਵਧੀਆ ਅੰਦਰੋਂ ਲੋਕੋ ਬਣਾਈ ਹੋਈ ਸੀ, ਉਹ ਕਿਤੇ ਜਿਹੜੀ ਬਾਲੀ ਨੂੰ ਪੇਂਟ ਕੀਤਾ ਹੋਇਆ ਨਾ, ਉਹ ਸ਼ਾਇਦ ਬਹੁਤ ਜ਼ਿਆਦਾ ਖੋਖਲੀ ਹੋਊਗੀ ਤਾਂ ਕਰਕੇ ਉਹ ਡਿੱਗ ਗਈ। ਰਾਮਗੰਜ ਗਲੀ ਨੰਬਰ 1 ਬੜੀ ਅਨਫੋਰਚੁਨੇਟ ਘਟਨਾ ਹੋਈ ਆ, ਦੁਖਦਾਈ ਘਟਨਾ। ਪੁਰਾਣਾ ਮਕਾਨ ਸੀਗਾ, ਉੱਥੇ ਇੱਕ ਮਾਂ ਅਤੇ ਦੋ ਦੀਆਂ ਧੀਆਂ ਰਹਿੰਦੀਆਂ ਸੀਗੀਆਂ, ਇੱਕ ਧੀ ਕੁਦਰਤੀ ਨੌਕਰੀ ਕਰਨ ਗਈ ਹੋਈ ਸੀ ਜਿਹੜੀ ਵੱਡੀ ਸੀਗੀ, ਅਤੇ ਉਹ ਛੱਤ ਡਿੱਗਣ ਨਾਲ ਜਿਹੜੀ ਮਦਰ ਆ ਅਤੇ ਉਹਦੀ ਡਾਟਰ ਆ ਉਹ ਦੋਨਾਂ ਦੀ ਡੈਥ ਹੋ ਗਈ। ਮਲਬੇ ਦੱਬ ਗਏ ਸੀ, ਬੜੀ ਮਿਹਨਤ ਕੀਤੀ, ਲੋਕਾਂ ਨੇ ਵੀ ਬਹੁਤ ਮਿਹਨਤ ਕੀਤੀ, ਪਰ ਅਸੀਂ ਬਚਾ ਨਹੀਂ ਸਕੇ। ਉਮਰ ਇਹ ਲੜਕੀ ਦੀ ਮੇਰੇ ਖਿਆਲ 20-22 ਸਾਲ ਹੋਣੀ ਹੈ। ਪੁਰਾਣਾ ਮਕਾਨ ਸੀਗਾ, ਉਹਨੂੰ ਛੱਤਾਂ ਡਿੱਗੀਆਂ ਜੀ, ਉੱਪਰਲੀ ਛੱਤ ਲੜੀ ਅਤੇ ਡਿੱਗੀ ਤਾਂ ਸਲੜੀ, ਮਲਬਾ ਕਾਫੀ ਜ਼ਿਆਦਾ ਸੀਗਾ, ਕੋਸ਼ਿਸ਼ ਤਾਂ ਬਹੁਤ ਕੀਤੀ। ਪਰ ਮੈਂ ਸਿਵਲ ਹੋਸਪਿਟਲ ਮੋਗੇ 'ਚ ਵੈਸੇ ਹੀ ਜਿਹੜਾ ਕੋਵਿਡ ਕਰਕੇ ਇੱਥੇ ਦੇ ਪ੍ਰਬੰਧ ਦੇਖਣ ਆਇਆ ਵਿਆ ਸੀ ਸਰ, ਤਾਂ ਇੱਥੇ ਆਏ ਤਾਂ ਹੀ ਮੈਨੂੰ ਪਤਾ ਲੱਗਿਆ ਕਿ ਰਾਮਗੰਜ ਦੇ ਵਿੱਚ 1 ਗਲੀ 'ਚ ਡਬਲ ਛੱਤ ਡਿੱਗ ਪਈ ਹੈ। ਪਹਿਲਾਂ ਉੱਪਰਲੀ ਡਿੱਗੀ, ਉਹ ਥੱਲੜੇ ਵਾਲੀ 'ਤੇ ਭਾਰ ਆ ਗਿਆ, ਅਤੇ ਉਹ ਥੱਲੇ ਇੱਕ ਮਾਂ ਅਤੇ ਧੀ ਦੋਨੇ ਜਾਣੀਆਂ ਸੀ, ਉਹਨਾਂ ਦੋਨਾਂ 'ਚੋਂ ਇੱਕ ਦੀ ਮੌਕੇ 'ਤੇ ਡੈਥ ਹੋ ਗਈ, ਔਰ ਇੱਕ ਇੱਥੇ ਸਿਵਲ ਹੋਸਪਿਟਲ 'ਚ ਆ ਕੇ ਉਹਨਾਂ ਦੀ ਡੈਥ ਹੋ ਗਈ। ਬੜੀ ਮੰਦਭਾਗੀ ਘਟਨਾ, ਅਸੀਂ ਸਾਰੇ ਇਹਦੇ 'ਤੇ ਅਫਸੋਸ ਕਰਦੇ ਹਾਂ, ਔਰ ਮੈਂ ਚਾਹੂੰਗਾ ਕਿ ਸਮਾਜਿਕ ਸੰਸਥਾਵਾਂ
और वह भी इन्हों की मदद कर जे सरकार तो भी जो इन्हों का हो सकता वह भी मदद करनी बनती है। जी तीजी बेटी है वह कितने हैगी है की करती है किदा की उन्होंने मदद की लड़ है वह जहाँ कोई प्रबंध करके देना।